ਹਾਂਜੀ ਕੀ ਹਾਲ ਚਾਲ ਆ ਜੀ ਸਾਰਿਆਂ ਦਾ ਆਈ ਹੋਪ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਦੀਆਂ ਜਿਹੜੀਆਂ ਨਵੀਆਂ ਨਿਊਜ਼ ਆ ਉਹ ਅੱਜ ਆਪਾਂ ਗੱਲ ਕਰਦੇ ਰਮਾਨੀਆ ਬਾਰੇ ਹੁਣ ਜਿੱਦਾਂ ਰਮਾਨੀਆ ਤੋਂ ਇੰਡੀਆ ਲੋਕਾਂ ਨੇ ਹਨਾ ਜਾਣਾ ਛੁੱਟੀ ਆ ਜਿੱਦਾਂ ਛੁੱਟੀਆਂ ਦੇ ਕਰਕੇ ਦਸੰਬਰ ਦੇ ਵਿੱਚ ਕਾਫੀ ਕੰਪਨੀਆਂ ਇਦਾਂ ਦੀਆਂ ਜਿਹੜੀਆਂ ਛੁੱਟੀਂ ਦੇ ਦੇਂ ਭੇਜਦੀਆਂ ਆ ਆਪਣੇ ਵਰਕਰ ਨੂੰ ਚਾਹੇ ਉਹ 1 ਮਹੀਨੇ ਦੇ ਹੋਵੇ ਚਾਹੇ 2 ਮਹੀਨੇ ਦੇ ਬਾਕੀ ਆਪਾਂ ਦੇ ਸੋਚ ਲਈ ਕਹੇ ਛੁੱਟੀ ਜਾਈਏ ਸੋ ਹੁਣ ਇੱਕ ਜਿਹੜਾ ਓਮੀਕਰੋਨ ਕਰੋਨ ਜਿਹੜਾ ਨਵਾਂ ਹਨਾ ਕੋਵਿਡ ਦਾ ਜਿਹੜਾ ਨਵਾਂ ਵਾਇਰਸ ਆਇਆ ਉਹਦੇ ਕਰਕੇ ਹੁਣ ਬਹੁਤ ਸਾਰੇ ਬੰਦੇ ਇਹ ਵੀ ਸੋਚਦੇ ਕਿ ਹਨਾ ਜਾਈਏ ਕਿ ਨਾ ਜਾਈਏ ਸੋ ਕਨਫਿਊਜ਼ਨ ਹੋਈ ਪਈ ਆ ਫਿਲਹਾਲ ਜਿਹੜੀ ਰਮਾਨੀਆਂ ਦੀ ਅਪਡੇਟ ਆ ਉਹਦੇ ਵਿੱਚ ਇਹ ਆ ਕਿ ਰਮਾਨੀਆਂ ਵਿੱਚ ਹਜੇ ਤੱਕ ਕੋਈ ਇਸ ਨਵੇਂ ਵਾਇਰਸ ਦਾ ਕੋਈ ਵੀ ਨਵਾਂ ਕੇਸ ਨਹੀਂ ਆਇਆ ਹੈਗਾ ਸੋ ਇੱਕ ਵਧੀਆ ਗੱਲ ਆ ਬਟ ਇਹਦੇ ਨਾਲ ਹੀ ਇੱਕ ਹੋਰ ਤੁਹਾਨੂੰ ਮੈਂ ਦੱਸ ਦਵਾਂ ਕਿ ਰਮਾਨੀਆਂ ਦੀ ਜਿਹੜੀ ਰਗਬੀ ਦੀ ਟੀਮ ਹਨਾ ਨੇ ਖੇਡਣ ਦੀ ਰਗ ਵੀ ਉਹਦੀ ਟੀਮ ਆ ਉਹ ਸਾਊਥ ਅਫਰੀਕਾ ਗਈ ਆ ਖੇਡਣ ਵਾਸਤੇ ਤੇ ਉਹਦੇ ਉਹਦੇ ਟੋਟਲ 31 31 ਜਿਹੜੇ ਖਿਡਾਰੀ ਆ ਜਿਹੜੇ ਉੱਥੇ ਗਏ ਆ ਤੇ ਉਹ ਤੋਂ ਇਲਾਵਾ ਹੋਰ ਵੀ ਬੰਦੇ ਆ ਜਿਹੜੇ ਸਾਊਥ ਅਫਰੀਕਾ ਦੇ ਵਿੱਚ ਗਏ ਆ ਯਾਨੀ ਟੋਟਲ 39 ਜਿਹੜੇ ਉੱਥੇ ਬੰਦੇ ਆ ਫਸੇ ਹੋਏ ਰਵਾਣੀਆਂ ਦੇ ਜਿਹੜੇ ਕਿ ਜਦੋਂ ਫਲਾਈਟਾਂ ਸਸਪੈਂਡ ਹੋ ਗਈਆਂ ਸੀ ਉਹਦੇ ਕਰਕੇ ਸਟਕ ਹੋ ਗਏ ਸੀ ਉੱਥੇ ਉਹ ਨਹੀਂ ਆ ਸਕੇ ਸੂਰਮਾਨੀਆਂ ਦੀ ਗਵਰਨਮੈਂਟ ਉਹਨਾਂ ਨੂੰ ਵਾਪਸ ਲਿਆਉਣ ਦੀ ਟਰਾਈ ਕਰ ਰਹੀ ਹੈ ਹੋ ਸਕਦਾ ਉਹ 8 ਦਸੰਬਰ ਤੱਕ ਵਾਪਸ ਆ ਜਾਣ ਤੇ ਉਹਨਾਂ ਵਾਸਤੇ ਉਹਨਾਂ ਨੇ ਸਪੈਸ਼ਲ ਕਹਿ ਦਿੱਤਾ ਕਿ ਉਹਨਾਂ ਨੂੰ ਜਿਹੜਾ ਵਾ ਕਵਾਰੰਟਾਈਨ ਕੀਤਾ ਜਾਊਗਾ 14 ਦਿਨਾਂ ਵਾਸਤੇ ਉਹਨਾਂ ਦਾ ਸਾਰਾ ਦੇਖ ਦੇਖਰੇਖ ਉਹਨਾਂ ਦੀ ਕੀਤੀ ਜਾਊਗੀ ਤੇ ਇਸ ਤੋਂ ਇਲਾਵਾ ਜਿਹੜੇ ਹਾਈ ਰਿਸਕ ਕੰਟਰੀ ਹੈ ਜੇ ਉਹਨਾਂ ਤੋਂ ਕੋਈ ਵੀ ਬੰਦਾ ਅਰਮਾਨੀਆਂ ਚ ਆਉਂਦਾ ਵਾ ਤੇ ਉਹਨਾਂ ਨੂੰ ਉਹਨਾਂ ਨੂੰ ਕਵਾਰੰਟਾਈਨ ਕੀਤਾ ਜਾਊਗਾ ਇੱਥੇ ਉਹ ਆਪ ਚੂਸ ਕਰਨਗੇ ਕਿ ਉਹਨਾਂ ਨੇ ਕਿਸੇ ਹੋਟਲ ਵਿੱਚ ਕਵਾਰੰਟਾਈਨ ਹੋਣਾ ਵਾ ਜਾਂ ਘਰ ਵਿੱਚ ਸੈਪਰੇਟ ਹੋਣਾ ਵਾ ਜੇ ਘਰ ਵਿੱਚ ਸੈਪਰੇਟ ਹੋਣਾ ਤੇ ਉਹ ਉਹਨਾਂ ਨੂੰ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਲੈਣੀ ਪਊਗੀ ਕਿ ਉਹ ਆਪਣੇ ਦੂਸਰੇ ਫੈਮਿਲੀ ਦੇ ਜਿਹੜੇ ਮੈਂਬਰ ਹਨ ਉਹਨਾਂ ਨੂੰ ਅਲੱਗ ਆਪ ਰਹਿ ਸਕਦੇ ਆ ਸੋ ਉਹ ਉਹਨਾਂ ਨੂੰ ਦੱਸਣਾ ਪੈਂਦਾ ਵਾ ਪੁਲਿਸ ਨੂੰ ਜਦੋਂ ਤੁਸੀਂ ਆਪਣੇ 에어ਪੋਰਟ ਤੋਂ ਨਿਕਲਣਾ ਇਮੀਗ੍ਰੇਸ਼ਨ ਨੂੰ ਤੇ ਇਸ ਤੋਂ ਇਲਾਵਾ ਜਿਹੜੇ ਇੱਥੇ ਫੈਸਟੀਵਲ ਵਗੈਰਾ ਆ ਜਾਂ ਜਿੱਦਾਂ ਵੀ ਆ ਉਹਦੇ ਤੇ ਨਾਲ 30% ਦੇ ਹਿਸਾਬ ਨਾਲ ਕਿ 30% ਬੰਦੇ ਉਸ ਵਿੱਚ ਸ਼ਾਮਲ ਹੋ ਸਕਦੇ ਆ ਮਾਰਕੀਟ ਵਿੱਚ ਮਾਲ ਵਿੱਚ ਜੇ ਕੋਈ ਬੰਦਾ ਜਾਂਦਾ ਵਾ ਤੇ ਉਹਦੇ ਕੋਲ ਗ੍ਰੀਨ ਪਾਸ ਹੋਣਾ ਜਿਹੜਾ ਉਹ ਜ਼ਰੂਰੀ ਆ ਜਿਹੜਾ ਪਹਿਲਾਂ ਵੀ ਸੀਗਾ ਤੇ ਹੁਣ ਵੀ ਆ ਜੇ ਤੁਸੀਂ ਕਿਸੇ ਰੈਸਟੋਰੈਂਟ ਵਗੈਰਾ ਵਿੱਚ ਜਾਂ ਕਿਸੇ ਮਾਲ ਸ਼ਾਪਿੰਗ ਮਾਲ ਵਿੱਚ ਜਾਂ ਕਿਤੇ ਵੀ ਜਾਂਦੇ ਹੋ ਤੁਹਾਡੇ ਕੋਲ ਗ੍ਰੀਨ ਪਾਸ ਹੋਣਾ ਜ਼ਰੂਰੀ ਆ ਉਹ ਤੁਹਾਡਾ ਗ੍ਰੀਨ ਪਾਸ ਚੈੱਕ ਕਰਨਗੇ ਫਿਰ ਹੀ ਤੁਹਾਨੂੰ ਐਂਟਰੀ ਮਿਲੇਗੀ ਤੇ ਇਹਦੇ ਤੋਂ ਇਲਾਵਾ ਬਾਕੀ ਬਹੁਤ ਸਾਰੇ ਕੰਟਰੀ ਆ ਜਿਨ੍ਹਾਂ ਨੇ ਰੈੱਡ ਜ਼ੋਨ ਦੇ ਵਿੱਚ ਰੱਖਿਆ ਵਾ ਜਿਹੜਾ ਬੰਦਾ ਉੱਥੋਂ ਆਉਂਦਾ ਵਾ ਤੇ ਉਹਨਾਂ ਨੂੰ ਕਵਾਰੰਟਾਈਨ ਕੀਤਾ ਜਾਊਗਾ ਸੋ ਇਦਾਂ ਦੀਆਂ ਜਿਹੜੀਆਂ ਰੈਸਟ੍ਰਿਕਸ਼ਨਸ ਆ ਉਹ ਇਹਨਾਂ ਨੇ ਲਾਗੀਆਂ ਵਾ ਬੰਦੇ ਆ ਤੇ ਇਦਾਂ ਦੇ ਜਿਹੜੇ ਨਵੇਂ ਕਾਨੂੰਨ ਉਹ ਲਾਗੂ ਕੀਤੇ ਆ ਬਾਕੀ ਜਿਹੜਾ ਮਾਸਕ ਆ ਉਹ ਜ਼ਰੂਰੀ ਕਰ ਦਿੱਤਾ ਵਾ ਤੇ ਉਦਾਂ ਵੀ ਉਹਨਾਂ ਨੇ ਅਪੀਲ ਕੀਤੀ ਹੈ ਗਵਰਨਮੈਂਟ ਨੇ ਕਿ ਜਿਹੜਾ ਮਾਸਕ ਆ ਉਹ ਸਾਰੇ ਯੂਜ਼ ਕਰੋ ਜੇ ਤੁਸੀਂ ਕਿਸੇ ਮਾਰਕੀਟ ਜਾਨੇ ਆ ਜਾਂ ਕਿਤੇ ਰਾ ਭੀੜੀਆਂ ਭੀੜ ਵਾਲੀਆਂ ਜਗ੍ਹਾ ਤੇ ਜਾਨੇ ਆ ਤੇ ਉੱਥੇ ਕਰੋ ਬਾਕੀ ਯੂਰਪ ਦੇ ਹੋਰ ਕੰਟਰੀ ਆ ਜਿਵੇਂ ਬੈਲਜੀਅਮ ਵਗੈਰਾ ਵਾ ਤੇ ਹੋਰ ਕਈ ਕੰਟਰੀਆਂ ਫਰਾਂਸ ਵਗੈਰਾ ਉਹਨਾਂ ਦੇ ਵਿੱਚ ਵੀ ਜਿਹੜੇ ਨਵੇਂ ਵਾਇਰਸ ਦੇ ਇੱਕ ਇੱਕ ਦੋ ਦੋ ਕੇਸ ਹੁਣ ਆਏ ਆ ਸੋ ਤਕਰੀਬਨ ਯੂਰਪ ਦੇ ਵਿੱਚ ਬਹੁਤ ਸਾਰੇ ਕੰਟਰੀਆਂ ਜਿਨ੍ਹਾਂ ਦੇ ਵਿੱਚੋਂ ਜਿਹੜੇ ਕੇਸ ਆਉਣੇ ਸਟਾਰਟ ਹੋ ਗਏ ਇਸ ਕਰਕੇ ਸਾਰੇ ਕੰਟਰੀਆਂ ਨੇ ਅਫਰੀਕਾ ਤੋਂ ਆਉਣ ਵਾਲੀਆਂ ਜਿਹੜੀਆਂ ਫਲਾਈਟਾਂ ਉਹ ਬੈਨ ਕਰ ਦਿੱਤੀਆਂ ਰਮਾਨੀਆ ਨੇ ਵੀ ਜਿਹੜੀਆਂ ਫਲਾਈਟਾਂ ਉਦਾਂ ਆਮ ਜਿਹੜੀਆਂ ਫਲਾਈਟਾਂ ਰਮਾਨੀਆ ਤੋਂ ਅਫਰੀਕਾ ਨੂੰ ਚੱਲਦੀਆਂ ਸੀ ਕਿਸੇ ਵੀ ਕੰਟਰੀ ਨੂੰ ਜਾਂ ਜ਼ਿੰਬਾਬਵੇ ਨੂੰ ਜਾਂ ਕਿੱਦਾਂ ਉਹ ਸਾਰੀਆਂ ਇਹਨਾਂ ਨੇ ਬੈਨ ਕਰਤੀਆਂ ਕੋਈ ਵੀ ਫਲੈਟ ਜਿਹੜੀ ਆਊਗੀ ਨਹੀਂ ਨਾ ਹੀ ਜਾਊਗੀ ਸੋ ਇਹ ਇਹਨਾਂ ਨੇ ਕੀਤਾ ਵਾ ਤੇ ਇੰਡੀਆ ਨੇ ਵੀ ਇਦਾਂ ਹੀ ਕੀਤਾ ਵਾ ਇੰਡੀਆ ਨੇ ਨਵੇਂ ਕਾਨੂੰਨ ਜਿਹੜੇ ਮੈਂ ਤਾਂ ਪਹਿਲਾਂ ਵੀਡੀਓ ਪਾਈ ਹੋਈ ਸੀ ਪਰ ਤੁਹਾਨੂੰ ਦੱਸਿਆ ਸੀ ਕਿ ਤੁਸੀਂ 에어ਪੋਰਟ ਜਾ ਕੇ ਤੁਹਾਡਾ ਟੈਸਟ ਹੋਊਗਾ ਇਹ ਉਹ ਕੰਟਰੀ ਆ ਜਿਹੜੇ ਹਾਈ ਰਿਸਕ ਦੇ ਵਿੱਚ ਇੰਡੀਆ ਨੇ ਰੱਖਿਆ ਉਹਨਾਂ ਤੋਂ ਜਿਹੜਾ ਵੀ ਬੰਦਾ ਜਾਂਦਾ ਵਾ ਉਹ ਦਾ ਜਿਹੜਾ ਉੱਥੇ ਕੋਰੋਨਾ ਵਾਇਰਸ ਦਾ ਟੈਸਟ ਹੋਊਗਾ ਜੋ ਟੈਸਟ ਨੈਗੇਟਿਵ ਹੁੰਦਾ ਵਾ ਉਹ ਫਿਰ ਉਹਨੂੰ ਤਾਂ ਹੀ ਘਰ ਭੇਜਣਗੇ ਤੇ ਫਿਰ ਵੀ ਉਹਨਾਂ ਨੂੰ 7 ਦਿਨ ਵਾਸਤੇ ਕਵਾਰਨਟਾਈਨ ਰਹਿਣਾ ਪਊਗਾ ਤੇ ਜੇ ਪੋਜ਼ਿਟਿਵ ਆ ਫਿਰ ਵੀ ਰਹਿਣਾ ਪਊਗਾ ਸੋ ਇਦਾਂ ਦੇ ਥੋੜੇ ਜਿਆਦਾ ਰੂਲ ਲੈਣਾ ਸਖਤ ਕਰ ਦਿੱਤੇ ਆ ਸੋ ਇਹ ਸੀਗਾ ਨਾਰਮਲ ਕਈਆਂ ਨੂੰ ਕਈ ਬੰਦਿਆਂ ਨੂੰ ਇਹ ਲੱਗਦਾ ਸੀ ਕਿ ਹੋ ਸਕਦਾ ਕਿ ਰਮਾਨੀਆ ਦੇ 에ਰਪੋਰਟ ਤੇ ਵੀ ਸਾਡਾ ਟੈਸਟ ਹੋ ਗਏ ਜਾਂ ਇਦਾਂ ਸੋ ਉਹ ਬਿਲਕੁਲ ਨਹੀਂ ਹੈਗਾ ਜੇ ਇੰਡੀਆ ਤੋਂ ਕੋਈ ਵੀ ਬੰਦਾ ਰਮਾਨੀਆ ਆਉਂਦਾ ਵਾ ਤੇ ਉਹ ਇੰਡੀਆ ਤੋਂ ਹੀ ਟੈਸਟ ਕਰਾ ਕੇ ਰਮਾਨੀਆ ਆਊਗਾ ਉਹੀ ਉਹਦਾ ਵੈਲਿਡ ਮੰਨਿਆ ਜਾਊਗਾ ਤੇ ਜਿਉ ਨਵਾਂ ਵਾ ਤੇ ਉਹਦੇ ਹਿਸਾਬ ਨਾਲ ਉਹ ਉਹ ਕਿਹੜੇ ਕਿਹੜੇ ਰੂਲ ਫਾਲੋ ਕਰਨੇ ਉਹ ਦੱਸਿਆ ਜਾਊਗਾ ਤੇ ਜੇ ਉਹ ਇੱਥੋਂ ਉਹਨਾਂ ਦੇ ਵੈਕਸੀਨ ਲੱਗੀ ਆ ਤੇ ਉਹਦੇ ਉਹਨਾਂ ਨੂੰ ਇੱਥੇ ਕੁਆਰੰਟੀਨ ਨਹੀਂ ਕੀਤਾ ਜਾਊਗਾ ਸੋ ਇਦਾਂ ਦੇ ਇਹ ਜਿਹੜੇ ਨਵੇਂ ਕਰੋਨ ਇਹਨਾਂ ਨੇ ਬਣਾਏ ਆ ਤੇ ਜਿੱਦਾਂ ਹੁਣ ਜਿਹੜੇ ਬੰਦੇ ਇੱਥੋਂ ਇੰਡੀਆ ਜਾਂਦੇ ਆ ਉਹਨਾਂ ਨੂੰ ਇੱਥੇ ਵੀ ਟੈਸਟ ਕਰਾਉਣਾ ਪਊਗਾ ਪਲੱਸ ਇੰਡੀਆ 에ਰਪੋਰਟ ਤੇ ਵੀ ਦਿੱਲੀ 에ਰਪੋਰਟ ਤੇ ਜਾਂ ਬੰਬੇ 에ਰਪੋਰਟ ਤੇ ਵੀ ਕਰਾਉਣਾ ਪਊਗਾ ਬਟ ਜਿਹੜੇ ਇੰਡੀਆ ਤੋਂ ਅਰਮਨੀਆ ਆ ਰਹੇ ਆ ਉਹਨਾਂ ਨੂੰ ਸਿਰਫ ਇੰਡੀਆ ਹੀ ਜਿਹੜਾ ਇੱਕ ਟੈਸਟ ਕਰਾਉਣਾ ਪਊਗਾ ਰਮਾਨੀਆ ਦੇ 에어ਪੋਰਟ ਦੇ ਉੱਪਰ ਬੁਕਰੇਸ਼ਟ ਦੇ ਬੁਕਰੇਸ਼ਟ 에어ਪੋਰਟ ਦੇ ਉੱਪਰ ਬਿਲਕੁਲ ਟੈਸਟ ਨਹੀਂ ਕਰਾਉਣਾ ਪਊਗਾ ਉਹੀ ਟੈਸਟ ਉਹਦਾ ਚੱਲੂਗਾ ਤੇ ਵੈਕਸੀਨ ਦਾ ਸਰਟੀਫਿਕੇਟ ਦਿਖਾਉਣੇ ਪੈਣੇ ਆ ਕਿ ਉਹ ਫੁੱਲੀ ਵੈਕਸੀਨੇਟਿਡ ਹੈਗਾ ਵਾ ਸੋ ਇਹ ਸੀਗੀਆਂ ਜਿਹੜੀ ਅੱਜ ਦੀ ਹਨਾ ਇੱਕ ਛੋਟੀ ਜੀ ਜਾਣਕਾਰੀ ਸੀਗੀ ਜਿਹੜੀ ਮੈਂ ਸ਼ੇਅਰ ਕਰਨੀ ਸੀ ਤੇ ਬਾਕੀ ਜੇ ਵੀਡੀਓ ਚੰਗੀ ਲੱਗੀ ਆ ਲਾਈਕ ਤੇ ਸ਼ੇਅਰ ਜਰੂਰ ਕਰਿਓ ਸੋ ਧੰਨਵਾਦ ਜੀ ਸਾਰਿਆਂ ਦਾ